ਹੈਲੋ ਸਟੂਡੈਂਟਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਸੋ ਅੱਜ ਮੈਂ ਤੁਹਾਨੂੰ ਨਿਊ ਟੋਪਿਕ ਕਰਵਾਉਣ ਜਾ ਰਹੀ ਹਾਂ ਕਿਊ ਕਾਰਡ ਦਾ, ਜੋ ਮੇ ਟੂ ਅਗਸਤ ਲਿਸਟ ਦੇ ਵਿੱਚ ਐਡ ਹੋਇਆ ਹੈ, ਫਸਟ ਵਰਜ਼ਨ 2024। ਸੋ ਟੋਪਿਕ ਦੀ ਸਟੇਟਮੈਂਟ ਹੈ ਜੀ, ਡਿਸਕ੍ਰਾਈਬ ਅ ਨੈਚੁਰਲ ਪਲੇਸ। ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਜ਼ਰੂਰ ਦੇਖਿਆ ਕਰੋ, ਤਾਂ ਹੀ ਤੁਸੀਂ ਜਿਹੜਾ ਆਈਡੀਆ ਉਹ ਗੈਟ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗੇਗਾ ਕਿ ਆਪਾਂ ਈਡੀਅਮ ਦਾ ਯੂਜ਼ ਕਿਵੇਂ ਅਤੇ ਕਿਵੇਂ ਅਤੇ ਕਿੱਥੇ ਕਰਨਾ, ਐਂਡ ਤੁਹਾਨੂੰ ਵਕੈਬ ਦਾ ਪਤਾ ਲੱਗੇਗਾ ਕਿਹੜੀ ਆਪਾਂ ਇਹਦੇ ਵਿੱਚ ਵਕੈਬ ਪਾਈ ਆ। ਸੋ ਇਹਦੇ ਵਿੱਚ ਇਹਨਾਂ ਨੇ ਹੁਣ ਟੋਪਿਕ ਪੁੱਛਿਆ ਹੈ ਕਿ ਨੈਚੁਰਲ ਪਲੇਸ ਦੱਸਣੀ ਆ, ਹੁਣ ਨੈਚੁਰਲ ਪਲੇਸ ਜਿਹੜੀ ਮੈਨ ਮੇਡ ਨਾ ਹੋਵੇ, ਠੀਕ ਹੈ ਜੀ। ਵੇਅਰ ਦਿਸ ਪਲੇਸ ਇਜ਼, ਉਹ ਕਿੱਥੇ ਹੈ, ਹਾਊ ਡੂ ਯੂ ਨਿਊ ਇਟ, ਤੁਹਾਨੂੰ ਤੁਸੀਂ ਉਸ ਬਾਰੇ ਕਿਵੇਂ ਜਾਣਦੇ ਹੋ, ਕਿੱਦਾਂ ਦੀ ਆ, ਵਟ ਇਟ ਇਜ਼ ਲਾਈਕ, ਐਂਡ ਵਾਈ ਯੂ ਲਾਈਕ ਟੂ ਵਿਜ਼ਿਟ ਇਟ, ਅਤੇ ਤੁਹਾਨੂੰ ਉੱਥੇ ਵਿਜ਼ਿਟ ਕਰਨਾ ਕਿਉਂ ਪਸੰਦ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕਵਰ ਕਰਾਂਗੇ ਜੀ ਇਹਦੇ ਵਿੱਚ ਵਕੈਬ ਪਲੱਸ ਈਡੀਅਮਸ। ਫਸਟ ਇਜ਼ ਰਿਨਾਊਂਡ, ਰਿਨਾਊਂਡ ਕੀ ਹੁੰਦਾ, ਬਹੁਤ ਹੀ ਜ਼ਿਆਦਾ ਪਾਪੂਲਰ। ਸੈਕਿੰਡ ਹੈ ਪੈਸੈਂਜਰ ਆਫ ਦਾ ਸੇਮ ਲੇਨ, ਮਤਲਬ ਕਿ ਜੇ ਕਿਸੇ ਪਰਸਨ ਨੂੰ ਕਿਸੇ ਚੀਜ਼ 'ਚ ਇੰਟਰਸਟ ਹੈ ਅਤੇ ਤੁਹਾਨੂੰ ਵੀ ਉਸ 'ਚ ਸੇਮ ਇੰਟਰਸਟ ਹੈ, ਸੋ ਉਸ ਟਾਈਮ ਆਪਾਂ ਈਡੀਅਮ ਦਾ ਯੂਜ਼ ਕਰਦੇ ਹਾਂ, ਪੈਸੈਂਜਰ ਆਫ ਦਾ ਸੇਮ ਲੇਨ। ਸੋ ਜਿੱਥੇ ਆਪਾਂ ਇਹਨੂੰ ਯੂਜ਼ ਕਰਾਂਗੇ ਉੱਥੋਂ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ। ਨੈਕਸਟ ਹੈ ਇੰਟੈਂਸਿਵ, ਬਹੁਤ ਜ਼ਿਆਦਾ ਨੂੰ ਕਹਿੰਦੇ ਹਾਂ, ਹਿਊਜ ਨੂੰ। ਰਿਲਾਈ ਦਾ ਮਤਲਬ ਹੁੰਦਾ ਡਿਪੈਂਡ, ਨਿਰਭਰ ਹੋਣਾ। ਲੈਪ ਆਫ ਨੇਚਰ ਦਾ ਮਤਲਬ ਵੀ ਕੁਦਰਤ ਦੀ ਗੋਦ ਦੇ ਵਿੱਚ ਮਹਿਸੂਸ ਕਰਨਾ। ਕਿਲਿੰਗ ਟੂ ਬਰਡਸ ਵਿਦ ਵਨ ਸਟੋਨ, ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਇੱਕ ਤੀਰ ਨਾਲ ਦੋ ਨਿਸ਼ਾਨੇ, ਸੋ ਸੇਮ ਇਹ ਵੀ ਈਡੀਅਮ ਦਾ ਯੂਜ਼ ਕਰਾਂਗੇ ਆਪਾਂ। ਮਿਸ ਦਾ ਬੋਟ ਅਗੇਨ ਈਡੀਅਮ ਹੈ, ਓਪਰਚੁਨਿਟੀ ਨੂੰ ਮਿਸ ਕਰ ਦੇਣਾ, ਅਗਰ ਇਹਦੇ ਅੱਗੇ ਨੈਵਰ ਲੱਗ ਜਾਵੇ ਤਾਂ ਉਸ ਓਪਰਚੁਨਿਟੀ ਨੂੰ ਮੈਂ ਕਦੇ ਵੀ ਮਿਸ ਨਹੀਂ ਕਰਨਾ। ਸੋ ਆਪਾਂ ਹੁਣ ਸਟਾਰਟਿੰਗ ਕਰਦੇ ਹਾਂ ਜੀ ਇੰਟਰੋ ਤੋਂ। ਸੋ ਆਪਾਂ ਪਹਿਲਾਂ ਪਲੇਸਿਸ ਬਾਰੇ ਦੱਸਾਂਗੇ ਕਿਉਂਕਿ ਟੋਪਿਕ ਹੈ ਨੈਚੁਰਲ ਪਲੇਸ 'ਤੇ। ਸੋ ਕਹਿੰਦੇ ਇੰਡੀਆ ਇਜ਼ ਰਿਨਾਊਂਡ ਫੋਰ ਇਟਸ ਰਿਚ ਡਾਇਵਰਸਿਟੀ, ਦੇਅਰ ਆਰ ਆ ਪਲੈਥਰਾ ਆਫ ਥਿੰਗਸ ਸੱਚ ਐਸ ਬਿਊਟੀਫੁਲ ਲੇਕਸ, ਪਲੇਸਿਸ, ਪਾਰਕਸ ਐਂਡ ਹਿਸਟੋਰੀਕਲ ਬਿਲਡਿੰਗਸ ਵਿਚ ਆਰ ਲਾਈਕਡ ਬਾਈ ਮੋਸਟ ਪੀਪਲ। ਸੋ ਕਹਿੰਦੇ ਇੰਡੀਆ ਇੱਕ ਇੱਦਾਂ ਦੀ ਪਲੇਸ ਹੈ ਜਿੱਥੇ ਕਿ ਅਲੱਗ ਅਲੱਗ ਤਰ੍ਹਾਂ ਦੀ ਲਾਈਕ ਡਾਇਵਰਸ ਲੋਕ ਰਹਿੰਦੇ ਨੇ, ਠੀਕ ਹੈ, ਬਿਊਟੀਫੁਲ ਲੇਕਸ ਨੇ, ਪਾਰਕਸ ਨੇ, ਅਤੇ ਕਹਿੰਦੇ ਬਹੁਤ ਸਾਰੇ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ, ਐਂਡ ਆਈ ਐਮ ਆਲਸੋ ਅ ਪੈਸੈਂਜਰ ਆਫ ਦਾ ਸੇਮ ਲੇਨ। ਸੋ ਜਿਵੇਂ ਲੋਕ ਪਸੰਦ ਕਰਦੇ ਨੇ, ਸੋ ਮੈਨੂੰ ਵੀ ਕਹਿੰਦੇ ਇਹ ਪਸੰਦ ਹੈ, ਇਸੇ ਕਰਕੇ ਇਹ ਈਡੀਅਮ ਦਾ ਇੱਥੇ ਆਪਾਂ ਯੂਜ਼ ਕੀਤਾ। ਹੇਅਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਅ ਨੈਚੁਰਲ ਪਲੇਸ ਦੈਟ ਇਜ਼ ਨਨ ਅਦਰ ਦੈਨ ਦ ਰਿਵਰ ਗੰਗਾ। ਸੋ ਇੱਥੇ ਮੈਂ ਇੱਕ ਨੈਚੁਰਲ ਪਲੇਸ ਦੱਸਣ ਜਾ ਰਹੀ ਹਾਂ, ਰਿਵਰ ਗੰਗਾ। ਐਂਡ ਇਹ ਟੋਪਿਕ ਮੈਂ ਪਹਿਲਾਂ ਵੀ ਬਣਾਇਆ, ਬਟ ਇਹਦੇ ਵਿੱਚ ਕਿਊਜ਼ ਚੇਂਜ ਹੋ ਗਏ, ਸੋ ਉਹਨਾਂ ਕਿਊਜ਼ ਦੀ ਤਰ੍ਹਾਂ ਹੀ ਮੈਂ ਇਹਨਾਂ ਜਿਹੜਾ ਆਂਸਰ ਆ ਉਹ ਚੇਂਜ ਕਰਤਾ। ਦਿਸ ਰਿਵਰ ਇਜ਼ ਸਿਚੁਏਟਡ ਇਨ ਉੱਤਰਾਖੰਡ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਪਹਿਲਾਂ ਵਾਲੇ ਟੋਪਿਕ ਨੇ ਉਹਨਾਂ ਦੇ ਵਿੱਚੋਂ ਹੀ ਆਪਾਂ, ਅਗਰ ਆਪਾਂ ਵਧੀਆ ਤਰੀਕੇ ਨਾਲ ਆਪਾਂ ਕੁਛ ਕਿਊ ਕਾਰਡ ਟੋਪਿਕ ਪ੍ਰਿਪੇਅਰ ਕਰ ਲੈਂਦੇ ਹਾਂ ਅਤੇ ਈਡੀਅਮ ਦਾ ਯੂਜ਼ ਆਪਾਂ ਨੂੰ ਆਉਂਦਾ, ਤਾਂ ਪਹਿਲਾਂ ਵਾਲੇ ਕਿਊ ਕਾਰਡ 'ਚੋਂ ਹੀ ਆਪਾਂ ਨਵੇਂ ਕਿਊ ਕਾਰਡ ਦੀ ਸਟੋਰੀ ਆ ਜਿਹੜੀ ਚੇਂਜ ਕਰਕੇ ਉਹ 'ਚ ਐਡ ਕਰ ਸਕਦੇ ਹਾਂ। ਸੋ ਇਹ ਕਿੱਥੇ ਸਿਚੁਏਟਡ ਆ, ਸੋ ਆਪਾਂ ਪਲੇਸ ਦੱਸਤੀ। ਹੁਣ ਅੱਗੇ ਆਪਾਂ ਕਿਊਜ਼ ਨੂੰ ਪੂਰਾ ਕਰਾਂਗੇ। ਕਹਿੰਦੇ ਆਈ ਵਿਵਿਡਲੀ ਰਿਮੈਂਬਰ ਵੈਨ ਆਈ ਵਾਜ਼ ਇਨ ਸਕੂਲ ਜੀਓਗ੍ਰਾਫੀ ਸਬਜੈਕਟ, ਆਈ ਲਰਨਡ ਅਬਾਊਟ ਇਟ ਫਸਟ ਟਾਈਮ। ਸੋ ਮੈਂ ਪਹਿਲੀ ਵਾਰ ਸਿੱਖਿਆ ਸੀ, ਬਟ ਇਨ ਜੀਓਗ੍ਰਾਫੀ ਕਲਾਸ ਆਈ ਲਰਨਡ ਓਨਲੀ ਬੇਸਿਕ ਇਨਫੋਰਮੇਸ਼ਨ ਅਬਾਊਟ ਇੰਡੀਅਨ ਰਿਵਰਸ। ਸੋ ਮੈਂ ਸਿਰਫ ਬੇਸਿਕ ਇਨਫੋਰਮੇਸ਼ਨ ਸਿੱਖੀ ਸੀ, ਆਈ ਲਰਨ ਮੋਰ। ਸੋ ਮੈਂ ਜ਼ਿਆਦਾ ਕਿੱਥੋਂ ਸਿੱਖਿਆ, ਆਈ ਲਰਨ ਮੋਰ ਅਬਾਊਟ ਇਟ ਵਿਦ ਦਾ ਹੈਲਪ ਆਫ ਮਾਸ ਮੀਡੀਆ ਐਂਡ ਇਲੈਕਟ੍ਰੋਨਿਕ ਮੀਡੀਆ ਐਜ ਆਈ ਗਰਿਊ ਅਪ। ਸੋ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ, ਸੋ ਇੱਦਾਂ ਕਹਿੰਦੇ ਮੈਂ ਇਹਦੀ ਹੈਲਪ ਨਾਲ, ਵਿਦ ਦਾ ਹੈਲਪ ਆਫ ਇੰਟਰਨੈਟ ਵੀ ਤੁਸੀਂ ਕਹਿ ਸਕਦੇ ਹੋ। ਫਿਰ ਉਸ ਤੋਂ ਬਾਅਦ ਕਹਿੰਦੇ ਓਨੈਸਟਲੀ ਆਈ ਡੋ ਨੋਟ ਹੈਵ ਇੰਟੈਂਸਿਵ ਨੌਲੇਜ ਅਬਾਊਟ ਦਾ ਗੰਗਾ ਰਿਵਰ, ਮੈਨੂੰ ਇੰਨੀ ਜ਼ਿਆਦਾ ਨੌਲੇਜ ਤਾਂ ਨਹੀਂ ਆ, ਬਟ ਸਟਿਲ ਆਈ ਕੈਨ ਸੇ ਦੈਟ ਆਈ ਨੋ ਕੁਆਇਟ ਅ ਲੋਟ ਅਬਾਊਟ ਇਟ। ਪਰ ਫਿਰ ਵੀ ਕਹਿੰਦੇ ਮੈਂ ਕਹਿ ਸਕਦਾ ਵੀ ਮੈਨੂੰ ਇਹਦੇ ਬਾਰੇ ਕਾਫੀ ਕੁਛ ਫਿਰ ਵੀ ਪਤਾ ਹੈ। ਇਟ
comes out of the Himalayas from glaciers and falls in Bengal. So start kithon hundi aa oh dasda, kithe fall hundi aa oh dasda. I read it from the internet. It gets water from glaciers as well as from the rain during monsoon season. Even I do not know the exact length of it, but it is the longest river in India. ਭਾਵੇਂ ਮੈਨੂੰ ਐਗਜੈਕਟ ਲੈਂਥ ਨਹੀਂ ਪਤਾ ਪਰ ਕਹਿੰਦੇ ਇਹ ਇੱਕ ਕੀ ਹੈ ਲੋਂਗੈਸਟ ਰਿਵਰ ਹੈ ਮੈਨੀ ਪੀਪਲ ਰਿਲਾਈ ਔਨ ਇਟ ਫੋਰ ਦੇਅਰ ਲਾਈਵਲੀਹੁੱਡ ਫਾਰਮਰਸ ਯੂਜ਼ ਇਟਸ ਵਾਟਰ ਫੋਰ ਐਗਰੀਕਲਚਰ ਐਂਡ ਪੀਪਲ ਆਲਸੋ ਡੂ ਫਿਸ਼ਿੰਗ ਇਨ ਦਿਸ ਰਿਵਰ ਸੋ ਲੋਕ ਕਹਿੰਦੇ ਇਹਨੂੰ ਐਗਰੀਕਲਚਰ ਦੇ ਲਈ ਵੀ ਜਿਹੜਾ ਇਹਦਾ ਪਾਣੀ ਹੈ ਵਰਤਦੇ ਨੇ ਠੀਕ ਹੈ ਕਈ ਇਸ ਦੇ ਉੱਪਰ ਮਤਲਬ ਕਿ ਆਪਣੇ ਬਿਜ਼ਨਸ ਦੇ ਲਈ ਨਿਰਭਰ ਰਹਿੰਦੇ ਨੇ ਲਾਈਕ ਫਿਸ਼ਿੰਗ ਵਗੈਰਾ ਕਰਦੇ ਨੇ ਲਾਸਟ ਈਅਰ ਕਹਿੰਦੇ ਆਈ ਗੋਟ ਐਨ ਓਪਰਚੁਨਿਟੀ ਟੂ ਵਿਜ਼ਿਟ ਦਿਸ ਪਲੇਸ ਵਿਦ ਮਾਈ ਫੈਮਿਲੀ ਐਂਡ ਵੈਨ ਆਈ ਵੈਂਟ ਦੇਅਰ ਇਟਸ ਲੈਂਥ ਇੰਪ੍ਰੈਸਡ ਮੀ ਅਲੋਟ ਐਂਡ ਆਈ ਫੈਲਟ ਦੈਟ ਆਈ ਵਾਜ਼ ਇਨ ਦਾ ਲੈਪ ਆਫ ਮਦਰ ਨੇਚਰ ਸੋ ਕਹਿੰਦੇ ਲਾਸਟ ਈਅਰ ਮੈਨੂੰ ਓਪਰਚੁਨਿਟੀ ਮਿਲੀ ਇੱਥੇ ਜਾਣ ਦੀ ਸੋ ਮੈਨੂੰ ਕਹਿੰਦੇ ਕੁਦਰਤ ਦੀ ਗੋਦ ਵਿੱਚ ਮਹਿਸੂਸ ਹੋਇਆ ਈਵਨ ਆਈ ਕੈਨ ਸੇ ਦੈਟ ਦਿਸ ਸਿਚੁਏਸ਼ਨ ਵਾਜ ਕਿਲਿੰਗ ਟੂ ਬਰਡਸ ਵਿਦ ਵਨ ਸਟੋਨ ਫੋਰ ਮੀ ਸੋ ਇਹ ਕਹਿੰਦੇ ਇੱਦਾਂ ਦੀ ਸਿਚੁਏਸ਼ਨ ਸੀ ਜਿੱਥੇ ਮੈਂ ਇੱਕ ਤੀਰ ਨਾਲ ਦੋ ਨਿਸ਼ਾਨੇ ਮਤਲਬ ਇੱਕ ਟਾਈਮ 'ਤੇ ਦੋ ਕੰਮ ਕੀਤੇ ਕੀ ਸੀ ਉਹ ਐਜ਼ ਆਈ ਨੋਟ ਓਨਲੀ ਸਪੈਂਟ ਕੁਆਲਿਟੀ ਟਾਈਮ ਇਨ ਨੇਚਰ ਬਟ ਆਲਸੋ ਗੋਟ ਇਨਫੋਰਮੇਸ਼ਨ ਅਬਾਊਟ ਦਾ ਰਿਵਰ ਸੋ ਸਿਰਫ ਮੈਂ ਕੁਆਲਿਟੀ ਟਾਈਮ ਹੀ ਸਪੈਂਡ ਨਹੀਂ ਕੀਤਾ ਠੀਕ ਹੈ ਇਸ ਤੋਂ ਇਲਾਵਾ ਕਹਿੰਦੇ ਮੈਂ ਕੀ ਕੀਤੀ ਇਨਫੋਰਮੇਸ਼ਨ ਵੀ ਗੇਨ ਕੀਤੀ ਦਿਸ ਇਜ਼ ਦਾ ਮੇਨ ਰੀਜ਼ਨ ਵਾਈ ਆਈ ਲਾਈਕ ਦਿਸ ਪਲੇਸ ਆਲ ਇਨ ਆਲ ਇਫ ਆਈ ਗੈਟ ਐਨੀ ਓਪਰਚੁਨਿਟੀ ਟੂ ਵਿਜ਼ਿਟ ਦੇਅਰ ਅਗੇਨ ਦੈਨ ਆਈ ਵਿਲ ਨੈਵਰ ਮਿਸ ਦਾ ਬੋਟ ਸੋ ਇਨ ਫਿਊਚਰ ਜੇ ਕਹਿੰਦੇ ਮੈਨੂੰ ਦੁਬਾਰਾ ਓਪਰਚੁਨਿਟੀ ਮਿਲਦੀ ਹੈ ਤਾਂ ਮੈਂ ਉਸ ਓਪਰਚੁਨਿਟੀ ਨੂੰ ਕਦੇ ਵੀ ਮਿਸ ਨਹੀਂ ਕਰੂੰਗਾ ਸੋ ਇਹ ਸੀ ਟੋਪਿਕ ਜਿਹੜਾ ਨੈਚੁਰਲ ਪਲੇਸ 'ਤੇ ਤੁਸੀਂ ਵੀ ਕਿਸੇ ਵੀ ਨੈਚੁਰਲ ਪਲੇਸ 'ਤੇ ਬਣਾ ਸਕਦੇ ਹੋ ਬਟ ਉਹ ਮੈਨ ਮੇਡ ਨਾ ਹੋਵੇ ਠੀਕ ਹੈ ਜੀ ਸੋ ਹੁਣ ਇਸ ਦੇ ਕਵਰ ਕਰਦੇ ਹਾਂ ਜੀ ਆਪਾਂ ਫੋਲੋਅਪਸ ਐਂਡ ਅਗਰ ਤੁਸੀਂ ਕਿਸੇ ਸਟੂਡੈਂਟਸ ਨੇ ਆਪਣਾ ਆਇਲਸ ਦਾ ਪੀ ਟੀ ਦਾ ਐਗਜ਼ਾਮ ਬੁੱਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਗਿਵਨ ਨੰਬਰ ਦੇ ਉੱਤੇ ਮੈਸੇਜ ਕਰਕੇ ਐਗਜ਼ਾਮ ਬੁੱਕ ਕਰਵਾ ਸਕਦੇ ਹੋ ਜੈਨੂਅਨ ਪ੍ਰਾਈਸ ਦੇ ਵਿੱਚ ਅਤੇ ਨਾਲ ਹੀ ਤੁਹਾਨੂੰ ਇੱਕ ਬੁੱਕ ਫ੍ਰੀ ਮਿਲੂਗੀ ਚਾਹੇ ਉਹ ਤੁਸੀਂ ਰੀਡਿੰਗ ਦੀ ਲੈ ਸਕਦੇ ਹੋ ਸਪੀਕਿੰਗ ਦੀ ਜਾਂ ਫਿਰ ਰਾਈਟਿੰਗ ਦੀ ਸੋ ਹੁਣ ਆਪਾਂ ਫੋਲੋਅਪ 'ਤੇ ਆਉਂਦੇ ਹਾਂ ਜੀ ਫਸਟ ਕੁਐਸਚਨ ਹੈ ਵਟ ਕਾਇੰਡ ਆਫ ਪੀਪਲ ਲਾਈਕ ਟੂ ਵਿਜ਼ਿਟ ਨੈਚੁਰਲ ਪਲੇਸਿਸ ਕਿਸ ਤਰ੍ਹਾਂ ਦੇ ਲੋਕ ਕਹਿੰਦੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਨੈਚੁਰਲ ਪਲੇਸਿਸ 'ਤੇ ਜਾਣਾ ਵਧੀਆ ਲੱਗਦਾ ਹੈ ਸੋ ਕਹਿੰਦੇ ਪੀਪਲ ਹੂ ਐਪਰੀਸ਼ੀਏਟ ਦਾ ਬਿਊਟੀ ਐਂਡ ਸੀਰੇਨਿਟੀ ਆਫ ਨੇਚਰ ਆਰ ਆਫਨ ਦਾ ਵਨਸ ਹੂ ਇੰਜੋਏ ਵਿਜ਼ਿਟਿੰਗ ਨੈਚੁਰਲ ਪਲੇਸਿਸ ਕਹਿੰਦੇ ਉਹ ਲੋਕ ਜਿਹੜੇ ਹਮੇਸ਼ਾ ਕੁਦਰਤ ਦੀ ਬਿਊਟੀ ਨੂੰ ਐਪਰੀਸ਼ੀਏਟ ਕਰਦੇ ਨੇ ਉਹਨਾਂ ਨੂੰ ਵਧੀਆ ਲੱਗਦਾ ਹੈ ਨੇਚਰ ਸੋ ਉਹ ਕਹਿੰਦੇ ਇਹਨਾਂ ਪਲੇਸਿਸ 'ਤੇ ਵਿਜ਼ਿਟ ਕਰਨਾ ਇੰਜੋਏ ਕਰਦੇ ਨੇ ਦੇ ਸੀਕ ਐਡਵੈਂਚਰ ਰਿਲੈਕਸੇਸ਼ਨ ਐਂਡ ਆ ਕਨੈਕਸ਼ਨ ਵਿਦ ਦਾ ਆਊਟਡੋਰਸ ਕਿਉਂਕਿ ਕਹਿੰਦੇ ਉਹ ਇੱਥੇ ਉਹਨਾਂ ਨੂੰ ਕੀ ਮਿਲਦਾ ਹੈ ਐਡਵੈਂਚਰ ਰਿਲੈਕਸੇਸ਼ਨ ਮਿਲਦਾ ਹੈ ਅਤੇ ਆਊਟਡੋਰਸ ਦੇ ਨਾਲ ਉਹਨਾਂ ਦਾ ਕਨੈਕਸ਼ਨ ਬਣਿਆ ਰਹਿੰਦਾ ਸੋ ਇਸ ਤਰ੍ਹਾਂ ਦੇ ਲੋਕ ਸੋ ਸਿੰਪਲੀ ਤੁਸੀਂ ਇੱਥੋਂ ਵੀ ਸਟਾਰਟ ਕਰ ਸਕਦੇ ਹੋ ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਡਿਪੈਂਡਸ ਔਨ ਪਰਸਨ ਟੂ ਪਰਸਨ ਜਾਂ ਪੀਪਲਸ ਪ੍ਰੈਫਰੈਂਸ ਹੈ ਨਾ ਸੋ ਡਿਪੈਂਡ ਕਰਦਾ ਤੁਸੀਂ ਇਹਨੂੰ ਆਨਸਰ ਕਿਵੇਂ ਕਰਨਾ ਸੈਕਿੰਡ ਕੁਐਸਚਨ ਹੈ ਵਟ ਆਰ ਦਾ ਡਿਫਰੈਂਸਿਸ ਬਿਟਵੀਨ ਅ ਨੈਚੁਰਲ ਪਲੇਸ ਐਂਡ ਅ ਸਿਟੀ ਕੀ ਡਿਫਰੈਂਸ ਹੁੰਦਾ ਸੋ ਨੈਚੁਰਲ ਪਲੇਸਿਸ ਟਿਪੀਕਲੀ ਆਫਰ ਵਾਸਟ ਲੈਂਡਸਕੇਪ ਅਬੰਡੈਂਟ ਵਾਈਲਡ ਲਾਈਫ ਫਰੈਸ਼ ਏਅਰ ਪ੍ਰੋਵਾਈਡਿੰਗ ਅ ਸੈਂਸ ਆਫ ਟ੍ਰੈਂਕੁਐਲਿਟੀ ਟ੍ਰੈਂਕੁਐਲਿਟੀ ਕੀ ਹੁੰਦਾ ਪੀਸ ਐਂਡ ਇਸਕੇਪ ਫਰੋਮ ਦਾ ਹਸਲ ਐਂਡ ਬਸਲ ਆਫ ਸਿਟੀ ਲਾਈਫ ਹਸਲ ਐਂਡ ਬਸਲ ਕੀ ਹੁੰਦੀ ਆ ਕਰਾਊਡਡ ਲਾਈਫ ਤੋਂ ਕਹਿੰਦੇ ਪਰੇ ਹੁੰਦੀ ਆ ਬਚਾਉਂਦਾ ਹੈ ਇਸਕੇਪ ਕਰਦਾ ਹੈ ਜਿਹੜੀ ਕਿ ਕਿਹੜੀ ਹੁੰਦੀ ਆ ਨੈਚੁਰਲ ਪਲੇਸਿਸ ਹੁੰਦੀਆਂ ਨੇ ਇਨ ਕੰਟਰਾਸਟ ਸਿਟੀਜ਼ ਆਰ ਕਰੈਕਟਰਾਈਜ਼ਡ ਬਾਈ ਡੈਂਸ ਪਾਪੂਲੇਸ਼ਨ ਬਹੁਤ ਜ਼ਿਆਦਾ ਪਾਪੂਲੇਸ਼ਨ ਹੁੰਦੀ ਆ ਅਰਬਨ ਇਨਫਰਾਸਟਰਕਚਰ ਐਂਡ ਆ ਫਾਸਟ ਪੇਸ ਇਨਵਾਇਰਮੈਂਟ ਫਿਲਡ ਵਿਦ ਕਲਚਰਲ ਅਮੈਨਿਟੀਜ਼ ਐਂਡ ਮਾਡਰਨ ਕਨਵੀਨੀਅੰਸ ਸੋ ਇਹ ਡਿਫਰੈਂਸ ਹੁੰਦਾ ਜੇ ਆਪਾਂ ਕਹਿ ਦਈਏ ਨੈਚੁਰਲ ਪਲੇਸ 'ਚ ਅਤੇ ਜਿਹੜੀ ਆਪਣੀ ਸਿਟੀ ਲਾਈਫ ਹੁੰਦੀ ਹੈ
ਨੈਕਸਟ ਕੁਐਸਚਨ ਹੈ ਥਰਡ, ਡੂ ਯੂ ਥਿੰਕ ਦੈਟ ਗੋਇੰਗ ਟੂ ਦਾ ਪਾਰਕ ਇਜ਼ ਦਾ ਓਨਲੀ ਵੇ ਟੂ ਗੈਟ ਕਲੋਜ਼ ਟੂ ਨੇਚਰ? ਤੁਸੀਂ ਕੀ ਸੋਚਦੇ ਹੋ ਵੀ ਸਿਰਫ ਪਾਰਕ ਜਾ ਕੇ ਤੁਸੀਂ ਨੇਚਰ ਦੇ ਕਲੋਜ਼ ਫੀਲ ਕਰ ਸਕਦੇ ਹੋ? ਨਹੀਂ, ਨੋ, ਗੋਇੰਗ ਟੂ ਦਾ ਪਾਰਕ ਇਜ਼ ਜਸਟ ਵਨ ਵੇ ਟੂ ਗੈਟ ਕਲੋਜ਼ ਟੂ ਨੇਚਰ, ਸਿਰਫ ਇੱਕ ਵੇ ਆ। ਦੇਅਰ ਆਰ ਵੇਰੀਅਸ ਅਦਰ ਆਪਸ਼ਨਸ ਲਾਈਕ ਹਾਈਕਿੰਗ ਟ੍ਰੇਲਸ, ਕੈਂਪਿੰਗ ਇਨ ਦਾ ਵਾਈਲਡਰਨੈਸ, ਵਿਜ਼ਿਟਿੰਗ ਫੋਰੈਸਟ, ਔਰ ਈਵਨ ਜਸਟ ਸਪੈਂਡਿੰਗ ਟਾਈਮ ਇਨ ਬਾਲਕਨੀ ਸਰਾਊਂਡਡ ਬਾਈ ਪਲਾਂਟਸ, ਬਿਕੋਜ਼ ਨੇਚਰ ਇਜ਼ ਆਲ ਅਰਾਊਂਡ ਅਸ। ਸੋ ਨਹੀਂ, ਪਾਰਕ ਸਿਰਫ ਇੱਕ ਵੇ ਨਹੀਂ ਆ। ਸੋ ਜਸਟ ਉਹ ਇੱਕ ਹੀ, ਮਤਲਬ ਕਿ ਇਹ ਨਹੀਂ ਕਹਿ ਸਕਦੇ ਪਾਰਕ ਦੇ ਨਾਲ ਹੀ ਤੁਸੀਂ ਓਨਲੀ ਇੱਕ ਵੇ ਦੇ ਨਾਲ ਹੀ ਤੁਸੀਂ ਨੇਚਰ ਦੇ ਕਲੋਜ਼ ਫੀਲ ਕਰ ਸਕਦੇ। ਨਹੀਂ, ਉਸ ਤੋਂ ਇਲਾਵਾ ਬਹੁਤ ਸਾਰੇ ਅਦਰ ਆਪਸ਼ਨਸ ਨੇ, ਉਹ ਤੁਸੀਂ ਦੱਸ ਸਕਦੇ ਹੋ, ਠੀਕ ਹੈ। ਐਂਡ ਕਹਿੰਦੇ ਕਿਉਂਕਿ ਜਿਹੜਾ ਨੇਚਰ ਆ ਉਹ ਹਰੇਕ ਕਿਤੇ ਆ, ਐਂਡ ਐਕਸਪੀਰੀਅੰਸਿੰਗ ਇੱਟ ਕੈਨ ਟੇਕ ਮੈਨੀ ਫੋਰਮਸ ਡਿਪੈਂਡਿੰਗ ਔਨ ਦਾ ਪਰਸਨਲ ਪ੍ਰੈਫਰੈਂਸਿਸ ਐਂਡ ਅਸੈਸਿਬਿਲਿਟੀ, ਐਂਡ ਇਹ ਡਿਪੈਂਡ ਕਰਦਾ ਹੈ ਲੋਕਾਂ ਦੇ ਪ੍ਰੈਫਰੈਂਸ ਦੇ ਉੱਤੇ ਅਤੇ ਕਿਵੇਂ ਉਹ ਉਹਨੂੰ ਗੈਟ ਕਰ ਸਕਦੇ, ਕਿਵੇਂ ਅਸੈਸਿਬਿਲਿਟੀ ਕਰ ਸਕਦੇ ਆ। ਨੈਕਸਟ ਕੁਐਸਚਨ ਹੈ, ਕਹਿੰਦੇ ਵਟ ਕੈਨ ਪੀਪਲ ਗੇਨ ਫਰੋਮ ਗੋਇੰਗ ਟੂ ਨੈਚੁਰਲ ਪਲੇਸਿਸ? ਲੋਕ ਕੀ ਸਿੱਖ ਸਕਦੇ ਆ, ਕੀ ਗੇਨ ਕਰ ਸਕਦੇ ਆ? ਪੀਪਲ ਕੈਨ ਗੇਨ ਨਿਊਮਰਸ ਬੈਨੀਫਿਟਸ ਫਰੋਮ ਵਿਜ਼ਿਟਿੰਗ ਨੈਚੁਰਲ ਪਲੇਸਿਸ, ਇਨਕਲੂਡਿੰਗ ਰਿਲੈਕਸੇਸ਼ਨ, ਸਟ੍ਰੈਸ ਰਿਡਕਸ਼ਨ, ਇੰਪਰੂਵਡ ਫਿਜ਼ੀਕਲ ਹੈਲਥ ਥਰੂ ਐਕਟੀਵਿਟੀਜ਼ ਲਾਈਕ ਹਾਈਕਿੰਗ ਔਰ ਸਵਿਮਿੰਗ, ਮੈਂਟਲ ਰਿਜੂਵੀਨੇਸ਼ਨ, ਲਾਈਕ ਮੈਂਟਲੀ ਉਹਨਾਂ ਨੂੰ ਫਰੈਸ਼ਨੈਸ ਫੀਲ ਹੋਊਗੀ, ਅ ਡੀਪਰ ਐਪਰੀਸੀਏਸ਼ਨ ਫੋਰ ਦਾ ਇਨਵਾਇਰਮੈਂਟ ਐਂਡ ਓਪਰਚੁਨਿਟੀਜ਼ ਫੋਰ ਐਡਵੈਂਚਰ ਐਂਡ ਐਕਸਪਲੋਰੇਸ਼ਨ। ਸੋ ਕੀ ਸਿੱਖਣਗੇ ਆਪਾਂ ਸਾਰੇ ਮੈਂਸ਼ਨ ਕਰਤੇ, ਰਿਲੈਕਸੇਸ਼ਨ ਹੋ, ਸਟ੍ਰੈਸ ਘੱਟ ਜੂਗਾ, ਫਿਜ਼ੀਕਲੀ ਵੀ ਫਿੱਟ ਹੋ ਜਾਣਗੇ, ਮੈਂਟਲੀ ਵੀ ਰਿਲੈਕਸੇਸ਼ਨ ਮਿਲੂਗੀ, ਠੀਕ ਹੈ। ਸੋ ਉਹਨਾਂ ਨੂੰ ਓਪਰਚੁਨਿਟੀਜ਼ ਮਿਲਣਗੀਆਂ ਹੋਰ ਐਕਸਪਲੋਰ ਕਰਨ ਦੀਆਂ, ਹੋਰ ਐਡਵੈਂਚਰ ਥ੍ਰਿਲਨੈਸ ਦੀਆਂ, ਠੀਕ ਹੈ, ਥ੍ਰਿਲਿੰਗ ਕਰਨਗੇ ਉੱਥੇ, ਥ੍ਰਿਲ ਫੀਲ ਕਰਨਗੇ, ਸੋ ਐਕਸਾਈਟਮੈਂਟ ਮਿਲੂਗੀ ਉਹਨਾਂ ਨੂੰ। ਸੋ ਇਸ ਤਰੀਕੇ ਨਾਲ ਉਹ ਇਹ ਚੀਜ਼ਾਂ ਗੇਨ ਕਰ ਸਕਦੇ ਨੇ, ਇਹ ਬੈਨੀਫਿਟਸ ਗੇਨ ਕਰ ਸਕਦੇ ਨੇ। ਨੈਕਸਟ ਕੁਐਸਚਨ ਹੈ ਫਿਫਥ, ਆਰ ਦੇਅਰ ਐਨੀ ਵਾਈਲਡ ਐਨੀਮਲਸ ਇਨ ਦਾ ਸਿਟੀ? ਕੀ ਕਹਿੰਦੇ ਵਾਈਲਡ ਐਨੀਮਲਸ ਹੈਗੇ ਆ ਸਿਟੀ 'ਚ? ਹੁਣ ਤੁਹਾਡੀ ਸਿਟੀ ਬਾਰੇ ਤੁਸੀਂ ਆਪਣੀ ਬਾਰੇ ਦੱਸ ਸਕਦੇ ਹੋ। ਕਹਿੰਦੇ ਵਾਈਲਡ ਐਨੀਮਲਸ ਆਰ ਇਨਡੀਡ ਕਾਮਨਲੀ ਐਸੋਸੀਏਟਿਡ ਵਿਦ ਫੋਰੈਸਟ। ਕਿੱਥੇ ਹੁੰਦੇ ਆ? ਫੋਰੈਸਟ ਦੇ ਵਿੱਚ। ਇਟਸ ਇੰਪੋਰਟੈਂਟ ਟੂ ਨੋਟ ਦੈਟ ਮੈਨੀ ਅਰਬਨ ਏਰੀਆਜ਼ ਆਲਸੋ ਹੋਸਟ ਵੇਰੀਅਸ ਸਪੀਸੀਸ। ਸੋ ਕਹਿੰਦੇ ਕੁਛ ਅਰਬਨ ਜਿਹੜੇ ਏਰੀਆਜ਼ ਹੁੰਦੇ ਆ ਉੱਥੇ ਇਹ ਹੁੰਦੀਆਂ ਨੇ। ਦੀਸ ਕੈਨ ਇਨਕਲੂਡ ਬਰਡਸ, ਰੋਡੈਂਟਸ ਐਂਡ ਸਮਟਾਈਮਸ ਈਵਨ ਲਾਰਜਰ ਮੈਮਲਸ ਲਾਈਕ ਡੀਅਰ। ਸੋ ਡਿਪੈਂਡ ਕਰਦਾ ਕਿਹੜੀ ਸਿਟੀ ਆ, ਕੁਛ ਦੇ ਵਿੱਚ ਹੁੰਦੇ ਆ, ਕੁਛ ਵਿੱਚ ਨਹੀਂ। ਸੋ ਇੱਦਾਂ ਤੁਸੀਂ ਇਹਦਾ ਆਨਸਰ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ, ਡੂ ਯੂ ਥਿੰਕ ਇਟ ਇਜ਼ ਅ ਗੁੱਡ ਆਈਡੀਆ ਟੂ ਲੈਟ ਐਨੀਮਲ ਸਟੇ ਇਨ ਲੋਕਲ ਪਾਰਕਸ ਫੋਰ ਪੀਪਲ ਟੂ ਸੀ? ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਗੁੱਡ ਆਈਡੀਆ ਹੈ ਕਿ ਐਨੀਮਲਸ ਨੂੰ ਲੋਕਲ ਪਾਰਕਸ ਦੇ ਵਿੱਚ ਰੱਖਿਆ ਜਾਵੇ ਜਿੱਥੇ ਲੋਕ ਉਹਨਾਂ ਨੂੰ ਦੇਖ ਸਕਣ? ਸੋ ਕਹਿੰਦੇ ਇਟ ਡਿਪੈਂਡ ਕਰਦਾ। ਵਾਈਲ ਅਲੋਇੰਗ ਐਨੀਮਲਸ ਟੂ ਸਟੇ ਇਨ ਲੋਕਲ ਪਾਰਕਸ ਕੈਨ ਪ੍ਰੋਵਾਈਡ ਐਜੂਕੇਸ਼ਨਲ ਓਪਰਚੁਨਿਟੀਜ਼ ਐਂਡ ਫੋਸਟਰ ਐਪਰੀਸੀਏਸ਼ਨ ਫੋਰ ਵਾਈਲਡ ਲਾਈਫ। ਕਹਿੰਦਾ ਠੀਕ ਹੈ, ਜੇ ਐਨੀਮਲਸ ਨੂੰ ਅਲਾਓ ਕੀਤਾ ਜਾਂਦਾ ਵੀ ਪਾਰਕਸ 'ਚ ਉਹ ਰਹਿਣ, ਐਜੂਕੇਸ਼ਨਲ ਓਪਰਚੁਨਿਟੀਜ਼ ਮਿਲਣਗੀਆਂ, ਇਸ ਤੋਂ ਇਲਾਵਾ ਵਾਈਲਡ ਲਾਈਫ ਦੇ ਲਈ ਐਪਰੀਸੀਏਸ਼ਨ ਮਿਲੂਗੀ, ਫੋਸਟਰ ਹੁੰਦਾ, ਡਿਵਲਪਮੈਂਟ ਹੋਊਗੀ, ਇਟਸ ਕਰੂਸ਼ਲ। ਪਰ ਇਸ ਤੋਂ ਇਲਾਵਾ ਕਹਿੰਦੇ ਇਹ ਵੀ ਜ਼ਰੂਰੀ ਹੈ ਟੂ ਪ੍ਰਾਇਰਟਾਈਜ਼ ਦਾ ਐਨੀਮਲਸ ਵੈਲਫੇਅਰ ਐਂਡ ਇਨਸ਼ੋਰ ਦੈਟ ਦੇਅਰ ਪ੍ਰੈਜੈਂਸ ਡਜ਼ਨਟ ਡਿਸਰਪਟ ਦੇਅਰ ਨੈਚੁਰਲ ਬਿਹੇਵੀਅਰਸ ਔਰ ਹੈਬੀਟੈਟ। ਪਰ ਇਹ ਵੀ ਨਾਲ ਤੁਹਾਨੂੰ ਧਿਆਨ ਰੱਖੂਗਾ ਕਿ ਐਨੀਮਲਸ ਦੇ ਵੈਲਫੇਅਰ ਦੇ ਲਈ, ਭਲਾਈ ਵਾਸਤੇ, ਕਿ ਉਹਨਾਂ ਨੂੰ ਉੱਥੋਂ ਦੀ ਕੋਈ ਚੀਜ਼ ਡਿਸਰਪਟ ਨਾ ਕਰੇ। ਹੈਬੀਟੈਟ ਮਤਲਬ ਕਿ ਉੱਥੋਂ ਦੀ ਰਹਿਣ ਵਾਲੀ ਜਗ੍ਹਾ, ਸੋ ਉਹਨਾਂ ਦੇ ਨੈਚੁਰਲ ਬਿਹੇਵੀਅਰ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ। ਸੋ ਇਹ ਟੋਪਿਕ ਦੇ ਨੇ 6 ਫੋਲੋਅਪਸ ਕੁਐਸਚਨ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਲਓ।
ਕਿ ਮੋਸਟਲੀ ਐਗਜ਼ਾਮ ਦੇ ਵਿੱਚ ਹੁਣ ਇਹੀ ਟੋਪਿਕਸ ਰਿਪੀਟ ਹੋਣਗੇ ਜਦੋਂ ਤੁਹਾਡੀ ਫਾਈਨਲ ਐਗਜ਼ਾਮ ਦੀ ਸਪੀਕਿੰਗ ਹੋਊਗੀ। ਐਂਡ ਮੈਂ ਸਟਾਰਟਿੰਗ 'ਚ ਹੀ ਕਹਿ ਦਿੱਤਾ ਸੀ, ਇਸ ਤੋਂ ਜਿਹੜੇ ਪਹਿਲਾਂ ਵਾਲੇ ਕਿਊ ਕਾਰਡ ਨੇ ਉਸ 'ਚੋਂ ਕਾਫੀ ਸਾਰੀਆਂ ਜਿਹੜੀਆਂ ਸਟੋਰੀਜ਼ ਨੇ ਯੂਜ਼ ਹੁੰਦੀਆਂ ਨੇ ਨਿਊ ਕਿਊ ਕਾਰਡ ਦੇ ਵਿੱਚ, ਕਿਉਂਕਿ ਸਟੇਟਮੈਂਟ ਹੀ ਥੋੜ੍ਹੀ ਜਿਹੀ ਮੋਲਡ ਕਰਕੇ ਆਈ ਹੁੰਦੀ ਆ, ਉਹਦੇ ਵਿੱਚ ਤੁਸੀਂ ਆਈਡੀਆ ਯੂਜ਼ ਕਰ ਸਕਦੇ ਹੋ। ਇਸ ਲਈ ਚੰਗੀ ਤਰ੍ਹਾਂ ਕਿਊ ਕਾਰਡ ਪ੍ਰਿਪੇਅਰ ਕਰਿਆ ਕਰੋ ਜਦੋਂ ਵੀ ਕਰਦੇ ਆ। ਈਡੀਅਮ ਦਾ ਯੂਜ਼ ਕਿਵੇਂ ਕਰਨਾ, ਵਕੈਬ ਦਾ ਕਿਵੇਂ ਕਰਨਾ ਹੈ, ਫੋਲੋਅਪਸ ਕਿਵੇਂ ਕਵਰ ਕਰਨੇ ਆ। ਓਕੇ ਫਰੈਂਡਸ, ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ, ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਆ ਜੀ ਨੈਕਸਟ ਕਲਾਸ ਦੇ ਨਾਲ, ਬਾਏ ਬਾਏ, ਟੇਕ ਕੇਅਰ।